ਕੀਤੀ ਆ ਵੀ ਧਰਨੇ 'ਚ ਬੰਬ ਆਪਣੇ, ਕਿਉਂਕਿ ਕਿਸਾਨ ਸ਼ਾਂਤੀਪੂਰਕ ਪ੍ਰਦਰਸ਼ਨ ਕਰ ਰਹੇ ਨੇ, ਉੱਧਰ ਹਰਿਆਣੇ 'ਚੋਂ ਬੰਬ ਚੱਲਦੇ ਨੇ। ਉਹ ਤਾਂ ਐਂ ਆ ਨਾ ਜੀ, ਹੁਣ ਬੀਜੇਪੀ ਦੇ ਹੱਥ ਪੈਰਾਂ ਥੱਲੇ ਤੇ ਨਿਕਲ ਰਹੀ ਆ ਜ਼ਮੀਨ, ਬੀਜੇਪੀ ਕੋਲੇ ਮਜਬੂਰੀ ਤਾਂ ਕੋਈ ਰਹੀ ਨਹੀਂ, ਮੋਦੀ ਦੇ ਵੀ ਮਗਰ ਕੋਈ ਜਵਾਕ ਚੱਲਾ ਨਹੀਂ ਹੈਗਾ, ਉਹ ਵੀ ਕਹਿੰਦਾ ਚੱਕ ਦੋ ਫੱਟੇ, ਖੱਟਰ ਦੇ ਵੀ ਮਗਰ ਕੋਈ ਜਵਾਕ ਚੱਲਾ ਨਹੀਂ ਹੈਗਾ, ਉਹ ਵੀ ਕਹਿੰਦਾ ਚੱਕ ਦੋ ਫੱਟੇ, ਉੱਧਰ ਫਿਰ ਉਦਾਹਰਨ ਦੇ ਦਿੰਦੇ ਨੇ ਯੋਗੀ ਦੀ, ਯੋਗੀ ਦੇ ਮਗਰ ਵੀ ਕੋਈ ਜਵਾਕ ਚੱਲਾ ਨਹੀਂ ਹੈਗਾ, ਉਹ ਵੀ ਕਹਿੰਦਾ ਚੱਕ ਦੋ ਫੱਟੇ। ਇਸ ਕਰਕੇ ਇਹ ਤਿੰਨੇ ਜਣੇ ਹੁਣ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪੂਰਾ ਤੰਗ ਕਰ ਰਹੇ ਨੇ। ਇਹਨਾਂ ਨੂੰ ਇਹ ਨਹੀਂ ਪਤਾ ਮੂਹਰੇ MP ਦੀ ਇਲੈਕਸ਼ਨ ਆਉਂਦੀ ਹੈ, ਇਹੀ ਜਨਤਾ ਜਨਾਰਦਨ ਹੈ, ਇਹੀ TC ਤੇ ਬਿਠਾਉਂਦੀ ਆ, ਇਹੀ ਲਾਉਂਦੀ ਆ। ਜੇ ਕਿਤੇ EBM ਦੀ ਜਗ੍ਹਾ ਬੈਲਟ ਪੇਪਰ 'ਤੇ ਵੋਟ ਹੋ ਗਈ ਨਾ ਮਿੱਤਰਾ ਮੋਦੀ ਸਿਆ, ਸੀਟ ਇੱਕ ਨਹੀਂ ਆਉਣੀ, ਸਫਾਈ ਕਰ ਦਿੰਦੇ ਨੇ ਲੋਕ। ਇਹਨਾਂ ਲੋਕਾਂ ਨੂੰ ਨਾ ਛੇੜੀਏ ਤਾਂ ਵਧੀਆ ਹੀ ਆ, ਕਿਉਂਕਿ ਉਹ ਕੌਮ ਆ ਜਿਹੜੀ 125,000 ਨਾਲ ਇੱਕ ਲੜੀ ਆ, ਜੇ ਉਹ ਕੌਮ ਆ ਜਿਹਨੇ ਖਤਰਾਣੇ ਦੀ ਢਾਬ ਦੇਖੀ ਆ, ਇਹ ਉਹ ਕੌਮ ਆ ਜਿਹਨੇ ਸਾਹਿਬਜ਼ਾਦਿਆਂ ਦੀ ਧਰਤੀ ਦੇਖੀ ਆ, ਇਹ ਉਹ ਕੌਮ ਆ ਜੀ 40 ਮੁਕਤਿਆਂ ਦੀ ਧਰਤੀ ਤੋਂ, ਇਹ ਉਹ ਕੌਮ ਆ ਜਿੱਥੇ ਹਰਿਮੰਦਰ ਸਾਹਿਬ 24 ਘੰਟੇ ਲੰਗਰ ਚੱਲਦਾ, ਨਾ ਲੈ ਪੰਜਾਬੀਆਂ ਨਾਲ ਪੰਗੇ। ਇਹਨਾਂ ਨੇ ਬੜੇ ਬੜੇ ਥੱਲੇ ਲਾ ਤੇ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਬਹੁਤ ਚਾਂਬਲੇ ਨੇ, ਇਹ ਰਹਿਣ ਨਹੀਂ ਦਿੰਦੇ ਇਹਨਾਂ ਨੂੰ, ਪਤਾ ਨਹੀਂ ਕਿਵੇਂ ਗੁਰੂ ਮਹਾਰਾਜ ਦੀ ਸੇਵਾ ਲੱਗ ਜਾਂਦੀ ਆ, TC ਵਾਲਾ ਵੇਰ ਉਡਾ ਦਿੰਦੇ ਨੇ ਧਰ ਕੇ। ਇਹ ਮੈਂ ਤਾਂ ਮੋਦੀ ਔਰ ਖੱਟਰ ਨੂੰ ਕਹਿਣਾ ਵੀ ਨਾ ਚੇੜੇ ਇਹਨਾਂ ਨੂੰ, ਇਹ ਆਰਾਮ ਨਾਲ ਬੈਠੇ ਨੇ ਧਰਨੇ 'ਤੇ, ਇੱਥੇ ਇਹਨਾਂ ਨੂੰ ਬੈਠੇ ਰਹਿਣ ਦੇ, ਜਦ ਇਹ ਕੁਛ ਕਰਨਗੇ ਤੁਹਾਡੇ ਜਵਾਨਾਂ ਨੂੰ ਮਾਰਨਗੇ, ਫਿਰ ਸਿੱਟੋ ਅਥਰੂ ਗੈਸ ਦੇ ਗੋਲੇ, ਫਿਰ SRL ਚਲਾਓ, ਫਿਰ 12 ਬੋਰ ਚਲਾਓ, ਫਿਰ ਚਾਹੇ ਪਲਾਸਟਿਕ ਦਾ ਰਾਊਂਡ ਚਲਾਓ, ਜੇ ਤੁਹਾਨੂੰ ਕੋਈ ਖਤਰਾ ਹੈ। ਜਦੋਂ ਇਹ ਆਰਾਮ ਨਾਲ ਬੈਠੇ ਨੇ ਇਹਨਾਂ ਨੂੰ ਤੰਗ ਨਾ ਕਰੋ, ਤੰਗ ਨਾ ਕਰੋ, ਇਹਨਾਂ ਦਾ ਜਦ ਸਬਰ ਮੁੱਕ ਜਾਂਦਾ ਫਿਰ ਇਹ ਛੱਡਦੇ ਨਹੀਂ ਹੁੰਦੇ। ਉਹ ਮਹਿਗਾਲਿਅਮ ਦੇ ਇੱਕ ਕੀ ਕਹਿੰਦੇ ਆ, ਗਵਰਨਰ ਨੇ ਵੀ ਦੱਸਿਆ ਸੀ, ਕਹਿੰਦਾ ਮੈਂ ਇੰਦਰਾ ਗਾਂਧੀ ਨੂੰ ਸਮਝਾਇਆ ਸੀ, ਇਹ ਪੰਜਾਬ ਕੀ ਕੌਮ ਹੈ ਨਾ ਜੋ ਇਸੇ ਪੰਗਾ ਮਤ ਲਿਓ, ਇਹ ਦਿਲ ਮੇਂ ਬਾਤ ਰੱਖਤੇ ਹੈ, ਚਾਹੇ 50 ਸਾਲ ਬਾਅਦ ਵੀ ਜਾਏ ਇਹ ਬਦਲਾ ਲੇਤੇ ਹੈ। ਊਧਮ ਸਿੰਘ 50 ਸਾਲ ਬਾਅਦ ਜਾ ਕੇ ਹੀ ਆ ਗਿਆ ਤਾ ਬਦਲਾ ਲੈਣੇ ਕੇ ਲੀਏ। ਜਿਹੜਾ ਪੰਜਾਬ ਹੈ, ਪੰਜਾਬ ਦੀ ਜਿਹੜੀ ਗੌਰਮੈਂਟ ਹੈ ਉਹਦੀ ਕੀ ਸਥਿਤੀ ਹੈ, ਉਹਦਾ ਧਰਨੇ 'ਚ ਕੀ ਰੋਲ ਹੈ? ਉਹ ਬਾਈ ਪੰਜਾਬ ਦੀ ਹੁਣ ਕੀ ਤੈਨੂੰ ਮੈਂ ਗੱਲ ਕਰਾਂ, ਜੇ ਮੈਂ ਗੱਲ ਕਰਤੀ ਆਥਣ ਨੂੰ ਮੇਰੇ 'ਤੇ ਪਰਚਾ, ਆਥਣ ਨੂੰ ਮੇਰੇ 'ਤੇ ਪਰਚਾ ਹੋ ਜਾਣਾ, ਮੇਰੇ ਘਰ ਪੁਲਿਸ ਆ ਜਾਣੀ ਹੈ। ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਪਹਿਲਾਂ ਤੋਂ ਹੀ ਵੀ ਇਹ ਤਾਂ ਸੈਂਟਰ ਨਾਲ ਘਿਓ ਖੁੱਚੜੀ ਆ, ਇਹ ਤਾਂ ਪੰਜਾਬ ਦੀ ਸਰਕਾਰ ਤਾਂ ਜੀ ਦੇਖੋ BJP ਦੀ B-team ਹੈ, ਜਿੱਥੇ ਪਤਾ ਦੰਗੇ ਹੋ ਜਾਣਗੇ ਸਿਆਣੇ ਲੋਕ ਨੇ, ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ EBM ਨਾਲ, ਜਿੱਥੇ ਪਤਾ ਅਨਪੜ੍ਹ ਲੋਕ ਨੇ, ਬਿਹਾਰ ਹੋਇਆ ਹੋਰ ਸਟੇਟਾਂ ਹੋਈਆਂ, ਉੱਥੇ ਕੀ ਕਹਿੰਦੇ ਆ BJP ਦੀ ਸਰਕਾਰ ਬਣ ਜਾਂਦੀ ਆ? ਮੈਨੂੰ ਇਹ ਤਾਂ ਦੱਸ ਦਿਓ, ਅੱਜ ਉਹ ਇਹ ਗੱਲ ਕਰੋ, ਕੋਰਟ ਦੂਨੇ ਕਿੱਡਾ ਬੜਾ ਇਕੱਠ ਹੋਇਆ ਭਾਨੇ ਸਿੱਧੂ ਦੇ ਹੱਕ 'ਚ, ਲੱਖਾ ਸਧਾਣਾ ਤਾਂ ਉਹਦਾ ਉਸਤਾਦ ਹੈ, ਉਹਨੇ ਉਹਨੂੰ ਕੰਮ ਸਿਖਾਇਆ ਇੱਦਾਂ ਵੀ ਰਾਜਨੀਤੀ ਦੇ ਤੌਰ 'ਤੇ ਇੱਦਾਂ ਲੋਕਾਂ ਦੀ ਮਦਦ ਕਰਨੀ, ਫਿਰ ਲੱਖਾ ਸਧਾਣਾ ਕਿਵੇਂ ਹਾਰ ਗਿਆ, ਬੜਾ ਬਾਦਲ ਕਿਵੇਂ ਹਾਰ ਗਿਆ, ਵੀ ਇਹ ਤਾਂ ਦੋਹੇ ਪਾਰਟੀ ਇੱਕੋ ਨੇ ਜੀ, ਘਿਓ ਖਿਚੜੀ ਕਹਿਣਾ ਹੁੰਦਾ ਜੀ ਦੀਪ ਸਿੱਧੂ, ਉਹ ਸਾਬਤ ਹੋ ਰਿਹਾ, ਨਹੀਂ ਤਾਂ ਸਾਡਾ CM ਮੂਰੇ ਬਾਰਡਰ 'ਤੇ ਆਪ ਪਾਉਂਦਾ ਰੱਖ ਕੇ ਉਹਨਾਂ ਨੂੰ ਕਹਿ ਕੇ ਜਾਂਦਾ ਵੀ ਗੱਲ ਸੁਣ ਲਓ ਮੇਰੀ, ਜੇ ਮੈਂ ਆਪਦੀਆਂ ਫੋਰਸਾਂ ਨੂੰ ਅਤੇ ਕਿਸਾਨਾਂ ਨੂੰ ਕਹਿਤਾ ਤੁਹਾਨੂੰ ਔਖਾ ਹੋ ਜੂ, ਇੱਥੇ ਕੋਈ ਨਹੀਂ ਚਲਾਉਣੀ ਕੋਈ ਚੀਜ਼, ਹੁਣ ਤੱਕ 250 ਕਿਸਾਨ ਬਾਈ ਜੀ ਜ਼ਖਮੀ ਹੋ ਗਿਆ, 2 ਪਤਾ ਨਹੀਂ 3 ਦੀ ਮੌਤ ਵੀ ਹੋ ਗਈ, ਇੱਥੇ ਗੱਲਾਂ ਕਰਦੇ ਨੇ ਮੁੰਡੇ ਪ੍ਰੋਪਰ ਤੌਰ 'ਤੇ, ਚਲੋ ਮੈਨੂੰ ਨਹੀਂ ਪਤਾ, ਮੈਂ ਤਾਂ ਕਰਕੇ ਪ੍ਰੋਪਰ ਠੁਕਮਾਂ ਨਹੀਂ ਕਹਿ ਸਕਦਾ, ਠੁਕਮਾਂ ਤਾਂ ਮੈਂ ਇੱਕ ਕਿਸਾਨ ਦੀ ਉਹ ਕਹਿ ਸਕਦਾ, ਸੱਟਾਂ ਫੇਟਾਂ ਮੈਂ ਆਪ ਲੱਗੀਆਂ ਦੇਖੀਆਂ ਨੇ ਕਿਸਾਨਾਂ ਦੇ, ਢੂਹੀਆਂ ਐਂ ਸਾਰੀ ਢੂਹੀ 'ਤੇ ਛਰਲੀ ਛਰਲੇ ਗੱਡੇ ਪਏ ਤੇ ਬਾਈ ਜੀ।